ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਉਹ ਮਹਾਨ ਯੋਧੇ ਦੀ ਜਿਨੇ ਜ਼ਕਰੀਆ ਖਾਨ ਨਾਦਰ ਸ਼ਾਹ ਤੇ ਅਬਦਾਲੀ ਵਰਗਿਆਂ ਨੂੰ ਭਜੜਣਾ ਪਾਈਆਂ ਕਿਵੇਂ ਘੋੜਿਆਂ ਦੀ ਲਿੱਦ ਸਾਫ਼ ਕਰਨ ਵਾਲਾ ਇੱਕ ਸੇਵਾਦਾਰ ਬਣਿਆ ਸਿੱਖ ਕੌਮ ਦਾ ਪਹਿਲਾ ਨਵਾਬ ਤੇ ਖਾਲਸਾ ਫੌਜਾਂ ਦਾ ਜਥੇਦਾਰ ਅੱਜ ਗੱਲ ਕਰਾਂਗੇ ਨਵਾਬ ਕਪੂਰ ਸਿੰਘ ਜੀ ਦੀ ਨਵਾਬ ਕਪੂਰ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਉਹ ਵੇਲਿਆਂ ਚ ਅਗਵਾਈ ਕੀਤੀ ਜਦੋਂ ਸਿੱਖਾਂ ਦਾ ਸਭ ਤੋਂ ਵੱਧ ਕਤਲੇਆਮ ਹੋਇਆ ਜਦੋਂ ਘਰਾਂ ਚੋਂ ਚੱਕ-ਚੱਕ ਕੇ ਸਿੱਖ ਮਾਰੇ ਗਏ ਜਿਨ੍ਹਾਂ ਵੇਲਿਆਂ ਚ ਬੰਦ-ਬੰਦ ਕੱਟੇ ਗਏ ਖੋਪੜੀਆਂ ਉਤਾਰੀਆਂ ਗਈਆਂ ਚਰਖੜੀਆਂ ਤੇ ਚਾੜ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਪਚੰਗੀਆਂ ਨੂੰ ਨੇਜੀਆਂ ਤੇ ਚਾੜ-ਚਾੜ ਕੇ ਸ਼ਹੀਦ ਕੀਤਾ ਗਿਆ ਕਿਵੇਂ ਖਿੰਡੇ-ਪੁੰਡੇ ਖਾਲਸੇ ਚ ਨਵਾਬ ਕਪੂਰ ਸਿੰਘ ਨੇ ਐਸੀ ਜਾਨ ਫੂਕੀ ਕਿ ਫਿਰ ਖਾਲਸੇ ਨੇ ਜੰਗਲਾਂ ਚ ਰਹਿ ਕੇ ਹੀ ਦੋ ਮੁਠੀ ਛੋਲਿਆਂ ਦੀ ਖਾ ਕੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਸੌ ਕੇ ਮੁਗਲਾਂ ਦੇ ਖਜ਼ਾਨੇ ਲੁੱਟੇ ਤੇ ਹਕੂਮਤ ਦੀ ਨੱਕ ਚ ਐਸਾ ਦਮ ਕੀਤਾ ਕਿ ਮੁਗਲਾਂ ਨੂੰ ਗੋਡੇ ਟਿਕਨੇ ਪਏ ਸਿੱਖਾਂ ਦੇ ਅੱਗੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਜੰਗਲਾਂ ਚ ਰਹਿੰਦੇ ਸਿੱਖਾਂ ਨੇ ਮੁਗਲਾਂ ਦੇ ਖਜ਼ਾਨੇ ਲੁੱਟੇ ਪਰ ਅੱਜ ਤੁਹਾਨੂੰ ਦੱਸਾਂਗੇ ਕਿ ਸਿੱਖ ਪਹਿਲੀ ਵਾਰ ਜੰਗਲਾਂ ਚ ਕਦੋਂ ਗਏ ਤੇ ਸਿੱਖਾਂ ਨੇ ਪਹਿਲੀ ਵਾਰ ਕਦੋਂ ਮੁਗਲਾਂ ਦਾ ਖਜ਼ਾਨਾ ਲੁੱਟਿਆ ਤੇ ਕਿੰਨੇ ਲੱਖ ਦਾ ਖਜ਼ਾਨਾ ਲੁੱਟਿਆ ਅੱਜ ਗੱਲ ਕਰਾਂਗੇ ਨਵਾਬ ਕਪੂਰ ਸਿੰਘ ਜੀ ਦੇ ਮਹਾਨ ਇਤਿਹਾਸ ਬਾਰੇ ਕਿਵੇਂ ਸਿੱਖਾਂ ਨੂੰ ਨਵਾਬੀ ਮਿਲੀ ਤੇ ਕਿੰਨਾ ਸਮਾਂ ਸਿੱਖਾਂ ਕੋਲ ਨਵਾਬੀ ਰਹੀ ਕਿਸ ਨੇ ਨਵਾਬੀ ਦਿੱਤੀ ਤੇ ਨਵਾਬੀ ਤੋਂ ਬਾਅਦ ਕੀ ਹੋਇਆ ਕਿਵੇਂ ਜੰਗਲਾਂ 'ਚ ਰਹਿੰਦੇ ਸਿੱਖਾਂ ਨੇ ਲੜਦਿਆਂ ਲੜਦਿਆਂ ਖਾਲਸਾ ਰਾਜ ਕਾਇਮ ਕੀਤਾ ਸਿੱਖਾਂ ਨੂੰ ਨਵਾਬੀ ਕਿਵੇਂ ਮਿਲੀ ਕਿਵੇਂ ਮੁਗਲ ਹਕੂਮਤ ਨੇ ਸਿੱਖਾਂ ਆ ਕੇ ਗੋਡੇ ਟੇਕੇ ਇਹ ਪੂਰਾ ਇਤਿਹਾਸ ਜਾਣਨ ਲਈ ਥੋੜਾ ਜਿਹਾ ਆਪਾਂ ਨੂੰ ਪਿੱਛੇ ਜਾਣਾ ਪੈਣਾ ਤੇ ਡਿਟੇਲ ਚ ਸਮਝਣਾ ਪੈਣਾ ਹੈ ਹੁਣ ਸਮਾਂ ਚੱਲ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਦੋ ਹਿੱਸਿਆਂ ਚ ਵੰਡਿਆ ਗਿਆ ਇਹ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਇੱਕ ਦੂਜੇ ਦਾ ਹੀ ਵੈਰੀ ਹੋ ਗਿਆ ਤੇ ਇਸੇ ਹੀ ਮੌਕੇ ਦਾ ਫਾਇਦਾ ਉਠਾਇਆ ਮੁਗਲਾਂ ਨੇ ਕਿਉਂਕਿ ਖਾਲਸਾ ਇੱਥੇ ਕਮਜ਼ੋਰ ਹੋ ਚੁੱਕਿਆ ਸੀ ਖਾਲਸੇ 'ਚ ਪਾੜ ਪੈ ਚੁੱਕਿਆ ਸੀ ਤੇ ਮੁਗਲ ਹਕੂਮਤ ਨੇ ਫਿਰ ਗਵਰਨਰ ਲਾਇਆ ਲਾਹੌਰ ਦਾ ਅਬਦੁਸਮਦ ਖਾਨ ਅਬਦੁਸਮਦ ਖਾਨ ਨੇ ਫਰਮਾਨ ਜਾਰੀ ਕਰਤਾ ਸਿੱਖਾਂ ਦੇ ਕਤਲੇਆਮ ਦਾ ਕਿ ਘਰਾਂ 'ਚੋਂ ਕੱਢ-ਕੱਢ ਕੇ ਸਿੱਖਾਂ ਨੂੰ ਮਾਰੋ ਸਿੱਖ ਨੂੰ ਜੋ ਮਾਰੂਗਾ ਉਹਨੂੰ ਇੰਨਾ ਨਾਮ ਜੋ ਸਿੱਖ ਦੀ ਸੂਧ ਹੋਊਗਾ ਉਹਨੂੰ ਇੰਨਾ ਨਾਮ ਜੋ ਸਿੱਖ ਦੇ ਕੇਸ਼ ਕਤਲ ਕਰਕੇ ਲਿਆ ਕੇ ਦਊਗਾ ਉਹਨੂੰ ਇੰਨਾ ਨਾਮ ਇਸ ਟਾਈਮ ਤੇ ਇਤਿਹਾਸ ਗਵਾਹ ਹੈ ਇਤਿਹਾਸ ਚ ਲਿਖਿਆ ਮਿਲਦਾ ਹੈ ਕਿ ਕੁਝ ਲਾਲਚੀ ਲੋਕਾਂ ਨੇ ਆਪਣੇ ਘਰ ਦੀਆਂ ਆੜਤਾں ਦੇ ਕੇਸ ਤੱਕ ਕਤਲ ਕਰਕੇ ਮੁਗਲ ਹਕੂਮਤ ਦੇ ਪੈਰੀਂ ਰਖੇ ਕਿ ਇਹ ਸਿੰਘਾਂ ਦੇ ਕੇਸ਼ ਨੇ ਇਹ ਸਿੱਖਾਂ ਦੇ ਕੇਸ਼ ਨੇ ਤੇ ਇਨਾਮ ਪ੍ਰਾਪਤ ਕੀਤੇ ਤਾਂ ਇਹ ਵੇਲੇ ਚ ਭਾਈ ਮਨੀ ਸਿੰਘ ਜੀ ਫਿਰ ਦਿੱਲੀ ਤੋਂ ਅਮਰitsar ਦੀ ਪਵਿੱਤਰ ਧਰਤੀ ਤੇ ਆਉਂਦੇ ਨੇ ਤੇ ਖਾਲਸੇ ਦੀ ਸੋਲਾ ਕਰਵਾਉਂਦੇ ਨੇ ਖਾਲਸੇ 'ਚ ਜਦ ਇਕਤਾ ਹੋ ਜਾਂਦੀ ਆ ਤਾਂ ਇੱਕ ਐਲਾਨ ਕੀਤਾ ਜਾਂਦਾ ਹੈ ਕਿ ਆਉਣ ਵਾਲੀ ਵਿਸਾਖੀ ਬੜੇ ਧਮ-ਧਾਮ ਨਾਲ ਮਨਾਈ ਜਾਏਗੀ ਅੰਮ੍ਰਿਤ ਸੰਚਾਰ ਹੁੰਦਾ ਹੈ ਉਸ ਵਿਸਾਖੀ ਤੇ ਤੇ ਇਸੇ ਹੀ ਵਿਸਾਖੀ ਦੇ ਦਿਹਾੜੇ ਤੇ ਨੌਜਵਾਨ ਕਪੂਰ ਸਿੰਘ ਭਾਈ ਮਨੀ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕਰਦੇ ਨੇ ਇਸ ਸਮੇਂ ਤੱਕ ਕਪੂਰ ਸਿੰਘ ਖਾਲਸਾ ਫੌਜਾਂ ਦਾ ਹਿੱਸਾ ਨਹੀਂ ਸੀਗੇ ਫਿਰ ਕਿਵੇਂ ਉਹ ਖਾਲਸਾ ਫੌਜਾਂ ਦਾ ਹਿੱਸਾ ਬੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ 'ਚ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ ਇਸੇ ਹੀ ਸਮੇਂ ਪੈਰਲਰ ਪੰਜਾਬ 'ਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀਗਾ 1726 'ਚ ਲਾਹੌਰ ਦਾ ਗਵਰਨਰ ਲਾਇਆ ਜਾਂਦਾ ਹੈ ਅਬਦੂ ਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਨੂੰ ਇਹ ਉਹਦੇ ਪਿਓ ਤੋਂ ਵੀ ਚਾਰ ਕਦਮ ਅੱਗੇ ਇਹਨੇ ਹੋਰ ਜ਼ਿਆਦਾ ਸਖਤਾਈ ਕਰ ਦਿੱਤੀ ਸਿੱਖਾਂ ਦੇ ਉੱਤੇ ਤੇ ਇਹ ਉਹ ਵੇਲਾ ਸੀਗਾ ਜਦੋਂ ਸਿੰਘ ਪਹਿਲੀ ਵਾਰ ਆਪਣੇ ਘਰ-ਬਾਰ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਜੰਗਲਾਂ, ਵੇਲਿਆਂ, ਮਾਰੂਥਲਾਂ ਤੇ ਪਹਾੜਾਂ 'ਚ ਚਲੇ ਗਏ ਮੁਗਲਾਂ ਦੀਆਂ ਫੌਜਾਂ ਨੇ ਜੰਗਲਾਂ ਤੱਕ ਸਿੱਖਾਂ ਦਾ ਪਿੱਛਾ ਕੀਤਾ ਤੇ ਸ਼ੁਰੂਆਤੀ ਦਿਨਾਂ 'ਚ ਸਿੱਖ ਜੰਗਲਾਂ ਦੀਆਂ ਗੁਫਾਵਾਂ, ਖੱਡਾਂ 'ਚ ਦਿਨੇ ਲੋਕ چھਪ ਕੇ ਰਹਿੰਦੇ ਤੇ ਰਾਤ ਨੂੰ ਨਿਕਲ ਕੇ ਕੋਈ ਫਲ ਸਬਜ਼ੀਆਂ ਜਾਂ ਦਰਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕਰਦੇ ਫਿਰ ਇੱਕ ਵੱਡਾ ਟਰਨਿੰਗ ਪੁਆਇੰਟ ਆਉਂਦਾ ਹੈ ਉਹ ਟਰਨਿੰਗ ਪੁਆਇੰਟ ਸੀਗਾ ਭਾਈ ਤਾਰਾ ਸਿੰਘ ਬਾਹ ਦੀ ਸ਼ਹਾਦਤ ਭਾਈ ਤਾਰਾ ਸਿੰਘ ਬਾਹ ਜੋ ਇੱਕ ਨੇਕ ਇਨਸਾਨ ਰੱਬ ਦੀ ਇੱਕ ਸੱਚੀ ਰੂਹ ਜੋ ਜੰਗਲਾਂ ਚ ਬੈਠੇ ਸਿੱਖਾਂ ਦੀ ਮਦਦ ਕਰਦੇ ਸੀਗੇ ਉਹਨਾਂ ਨੇ ਆਪਣੇ ਖੇਤ 'ਚ ਇੱਕ ਬੁਰਜ ਬਣਾਇਆ ਹੋਇਆ ਸੀ ਜਿੱਥੇ ਉਹ ਜੁਝਾਰੂ ਸਿੰਘਾਂ ਨੂੰ ਪਨਾਹ ਦਿੰਦੇ ਸੀ ਤੇ ਉੱਤ ਟੁੱਟ ਲੰਗਰ ਵਰਤਾਦਾ ਸੀ ਸਿੰਘਾਂ ਵਾਸਤੇ ਜਦ ਮੁਗਲ ਹਕੂਮਤ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਭਾਈ ਤਾਰਾ ਸਿੰਘ ਬਾ ਨੂੰ ਘੇਰ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਇਸ ਗੱਲ ਦਾ ਬਹੁਤ ਝਟਕਾ ਲੱਗਦਾ ਹੈ ਜੰਗਲਾਂ 'ਚ ਬੈਠੇ ਸਿੰਘਾਂ ਨੂੰ ਖਾਸ ਕਰ ਨੌਜਵਾਨਾਂ ਦੇ ਦਿਲਾਂ 'ਚ ਬਹੁਤ ਰੋਹ ਭਰ ਜਾਂਦਾ ਹੈ ਇਸ ਗੱਲ ਦਾ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ ਇਸ ਸਮੇਂ ਸਿੱਖ ਕੌਮ ਦੀ ਅਗਵਾਈ ਕਰ ਰਹੇ ਸੀ ਜਥੇਦਾਰ ਦਰਬਾਰਾ ਸਿੰਘ ਜੀ ਸਰਬਤ ਖਾਲਸਾ ਚ ਇੱਕ ਫੈਸਲਾ ਲਿਆ ਜਾਂਦਾ ਹੈ ਕਿ ਹੁਣ ਜ਼ਬਰਦਸਤ ਮੁਕਾਬਲਾ ਸਬਰ ਨਾਲ ਨਹੀਂ ਕੀਤਾ ਜਾਊਗਾ ਹੁਣ ਜ਼ੁਲਮ ਦਾ ਜਵਾਬ ਤਿੱਗਾਂ ਨਾਲ ਦਿੱਤਾ ਜਾਊਗਾ ਸਰਕਾਰੀ ਖਜ਼ਾਨਿਆਂ ਦੀ ਲੁੱਟ ਕੀਤੀ ਜਾਊਗੀ ਸ਼ਾਹੀ ਹਥਿਆਰ ਲੁੱਟੇ ਜਾਣਗੇ ਸ਼ਾਹੀ ਘੋੜੇ ਲੁੱਟੇ ਜਾਣਗੇ ਤੇ ਜੋ ਵੀ ਮੁਗਲ ਹਕੂਮਤ ਦੇ ਚਾਪਲੂਸ ਨੇ ਮੁਗਲਾਂ ਦੀ ਮਦਦ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸੌਦਾ ਲਾਇਆ ਜਾਊਗਾ ਇਹ ਸਖਤ ਫੈਸਲਾ ਲਿਆ ਜਾਂਦਾ ਹੈ ਜੰਗਲਾਂ 'ਚ ਬੈਠੇ ਸਿੰਘਾਂ ਦੁਆਰਾ ਤੇ ਇਸ ਤੋਂ ਬਾਅਦ ਫਿਰ ਹਮਲਿਆਂ ਦਾ ਦੌਰ ਸ਼ੁਰੂ ਹੁੰਦਾ ਹੈ ਜੰਗਲਾਂ 'ਚ ਬੈਠੇ ਸਿੱਖ ਫਿਰ ਸ਼ੇਰਾਂ ਵਾਂਗੂੰ ਤਹਾੜਨਾ ਸ਼ੁਰੂ ਕਰ ਦਿੰਦੇ ਨੇ ਤੇ ਤਖਤਾਂ ਤੇ ਬੈਠੇ ਗਿੱਧਰਾਂ ਦੀ ਫਿਰ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਖਾਲਸਾ ਆਪਣੇ ਸੁਹੀਏ ਥਾਂ-ਥਾਂ ਤੇ ਭੇਜਦਾ ਹੈ ਕਿ ਪਤਾ ਕਰੋ ਕਿਸ ਥਾਂ ਤੇ ਸਰਕਾਰੀ ਖਜ਼ਾਨਾ ਹੈ ਜਾਂ ਕਿਸ ਥਾਂ ਤੋਂ ਕਿਸ ਥਾਂ ਤੇ ਸਰਕਾਰੀ ਖਜ਼ਾਨਾ ਟਰੈਵਲ ਕਰ ਰਿਹਾ ਹੈ ਸੋ ਇਹ ਫਿਰ ਪਹਿਲੀ ਖਬਰ ਦਿੰਦੇ ਨੇ ਕਿ ਮਲਤਾਨ ਤੋਂ ਦਿੱਲੀ ਜਾ ਰਿਹਾ ਹੈ ਮੁਗਲਾਂ ਦਾ 4 ਲੱਖ ਦਾ ਖਜ਼ਾਨਾ 200 ਹਥਿਆਰਬੰਦ ਮੁਗਲ ਫੌਜੀ ਉਹਦੀ ਰਾਖੀ ਕਰ ਰਹੇ ਨੇ ਤਾਂ ਫਿਰ ਇੱਥੇ ਇੱਕ ਜਥਾ ਤਿਆਰ ਕੀਤਾ ਜਾਂਦਾ ਹੈ 400 ਸਿੰਘਾਂ ਦਾ ਜਿਹਦੀ ਅਗਵਾਈ ਕਰ ਰਹੇ ਨੇ ਨੌਜਵਾਨ ਕਪੂਰ ਸਿੰਘ ਨੌਜਵਾਨ ਕਪੂਰ ਸਿੰਘ ਨੂੰ ਥਾਪਿਆ ਜਾਂਦਾ ਹੈ ਖਾਲਸਾ ਫੌਜਾਂ ਦਾ ਡਿਪਟੀ ਮੁਖੀ ਨੌਜਵਾਨ ਕਪੂਰ ਸਿੰਘ ਆਪਣੇ ਜਥੇ ਨਾਲ ਜਾਂਦੇ ਨੇ ਤੇ ਪਹਿਲੀ ਵਾਰ ਇੱਥੇ ਮੁਗਲਾਂ ਤੇ ਹੱਲਾ ਬੋਲਿਆ ਜਾਂਦਾ ਹੈ 4 ਲੱਖ ਦਾ ਖਜ਼ਾਨਾ ਆਪਦੇ ਕਬਜ਼ੇ 'ਚ ਲੈ ਲਿਆ ਜਾਂਦਾ ਹੈ ਤੇ ਇਸ ਹਮਲੇ ਨੇ ਮੁਗਲ ਹਕੂਮਤ ਦੇ ਤਖਤ ਹਿਲਾ ਦਿੱਤੇ ਉਹ ਤਖਤ ਜਿਹੜੇ ਆਪਦੇ ਆਪ ਨੂੰ ਰੱਬ ਸਮਝਣ ਲੱਗ ਗਏ ਸੀ ਤੇ ਸਿੱਖਾਂ ਨੂੰ ਕੀੜੇ ਮਕੌੜੇ ਸਮਝਦੇ ਸੀ ਕਿ ਇਹਨਾਂ ਨੂੰ ਕਦੋਂ ਵੀ ਮਸਲ ਦੋ ਜੰਗਲਾਂ 'ਚ ਬੈਠੇ ਸ਼ੇਰ ਹੁਣ ਜਾਗ ਗਏ ਸੀ ਤੇ ਤਖਤਾਂ 'ਤੇ ਬੈਠੇ ਗਿੱਦੜਾਂ ਦੀ ਪੁੱਠੀ ਗਿੰਦੇ ਸ਼ੁਰੂ ਹੋ ਗਈ ਸੀ ਇਸ ਤੋਂ ਬਾਅਦ ਹਮਲੇ ਤੇ ਹਮਲੇ ਕੀਤੇ ਗਏ ਫਿਰ ਸਿੰਘਾਂ ਦੁਆਰਾ ਦੂਜਾ ਖਜ਼ਾਨਾ ਲੁੱਟਿਆ ਗਿਆ ਕਸੂਰ ਤੋਂ ਲਾਹੌਰ 1 ਲੱਖ ਰੁਪਏ ਦਾ ਖਜ਼ਾਨਾ ਜਾ ਰਿਹਾ ਸੀ ਮੁਗਲਾਂ ਦਾ ਤੇ ਤੀਸਰਾ ਹਮਲਾ ਹੋਇਆ ਮਰਤਜ਼ਾ ਖਾਨ ਤੇ ਮੁਗਲ ਹਕੂਮਤ ਨੂੰ ਹਜ਼ਾਰਾਂ ਦੀ ਗਿਣਤੀ ਚ ਮਰਤਜ਼ਾ ਖਾਨ ਈਰਾਨ ਵਰਗੇ ਮੁਲਕਾਂ ਤੋਂ ਮਹਿੰਗੇ ਮਹਿੰਗੇ ਘੋੜੇ ਲਿਆ ਕੇ ਵੇਚਦਾ ਸੀ ਤੇ ਇਸ ਵੇਲੇ ਵੀ ਮਰਤਜ਼ਾ ਖਾਨ ਤਕਰੀਬਨ 150 ਤੋਂ 200 ਘੋੜੇ ਤੇ ਹਥਿਆਰਾਂ ਦਾ ਜ਼ਖੀਰਾ ਲੈ ਕੇ ਜਾ ਰਿਹਾ ਸੀ ਦਿੱਲੀ ਦਰਬਾਰ ਵੱਲੋਂ ਸਿੱਖਾਂ ਨੂੰ ਖਬਰ ਮਿਲਦੀ ਆ ਤੇ ਸਿੱਖ ਫਿਰ ਮਰਤਜ਼ਾ ਖਾਨ ਦੇ ਕਾਫਲੇ ਤੇ ਹਮਲਾ ਬੋਲ ਦਿੰਦੇ ਨੇ ਮਿੰਟਾਂ ਸਕਿੰਟਾਂ ਚ ਹੀ ਮੁਗਲਾਂ ਦੇ ਗੱਟੇ ਲਾ ਦਿੱਤੇ ਜਾਂਦੇ ਨੇ ਸਿੰਘ ਮਰਤਜ਼ਾ ਖਾਨ ਦੇ ਉਹ ਮਹਿੰਗੇ ਮਹਿੰਗੇ ਤੇ ਤਕੜੇ ਤਕੜੇ ਘੋੜੇ ਦੇਖ ਕੇ ਬਾਗੋ ਬਾਗ ਹੋ ਜਾਂਦੇ ਨੇ ਤੇ ਆਪਣੇ ਮਰੀਲ ਜੇ ਘੋੜਿਆਂ ਤੋਂ ਉੱਤਰ ਕੇ ਉਹ ਤਕੜੇ ਤਕੜੇ ਘੋੜਿਆਂ ਤੇ ਬੈਠ ਕੇ ਉਤੋਂ ਹਵਾ ਹੋ ਜਾਂਦੇ ਨੇ ਨਾਲ ਹੀ ਉਹ ਹਥਿਆਰਾਂ ਦਾ ਜ਼ਖੀਰਾ ਆਪਣੇ ਕਬਜ਼ੇ 'ਚ ਲੈ ਕੇ ਉੱਥੋਂ ਚਲੇ ਜਾਂਦੇ ਨੇ ਇਸ ਤੋਂ ਬਾਅਦ ਫਿਰ ਹਮਲਿਆਂ ਦੀ ਛੜੀ ਲਗਾ ਦਿੱਤੀ ਸਿੰਘਾਂ ਨੇ ਸਿੰਘਾਂ ਦੇ ਘੋੜੇ ਹਵਾ ਨਾਲ ਗੱਲਾਂ ਕਰਦੇ ਸੀ ਇਤਿਹਾਸ ਪੜਦੇ ਆ ਇੱਥੇ ਇੱਕ ਇਹ ਜੀ ਉਦਾਹਰਨ ਦੇਖਣ ਨੂੰ ਵੀ ਮਿਲਦੀ ਆ ਜਿੱਥੋਂ ਪਤਾ ਲੱਗਦਾ ਕਿ ਉਸ ਵੇਲੇ ਦੇ ਸਿੰਘਾਂ 'ਚ ਕਿੰਨਾ ਸਬਰ ਸੀ ਕਿੰਨਾ 81 ਤੇ ਕਿਵੇਂ ਆਪਣੇ ਜਥੇਦਾਰ ਦੀ ਗੱਲ ਮੰਨਦੇ ਸੀ ਕਿਵੇਂ ਗੁਰੂ ਦੇ ਭਾਣੇ 'ਚ ਰਹਿੰਦੇ ਸੀ ਇੱਕ ਵਾਰ ਦੀ ਗੱਲ ਆ ਕੇ ਇਹਨਾਂ ਹਮਲਿਆਂ ਦੇ ਦੌਰਾਨ ਹੀ ਇੱਕ ਸੇਠ ਸੀਗਾ ਜਿਹਦਾ ਨਾਮ ਸੀ ਸੇਠ ਪ੍ਰਤਾਪ ਚੰਦ ਸਿਆਲਕੋਟ ਦਾ ਰਹਿਣ ਵਾਲਾ ਸੀਗਾ ਉਹ ਸੇਠ ਪ੍ਰਤਾਪ ਚੰਦ ਤੇ ਉਹ ਵਪਾਰ ਕਰਦਾ ਸੀ ਮੁਗਲ ਹਕੂਮਤ ਨਾਲ ਮਾਲ ਵੇਚਣ ਲਈ ਜਾ ਰਿਹਾ ਸੀਗਾ ਉਹਦਾ ਕਾਫਲਾ ਦਿੱਲੀ ਦਰਬਾਰ ਵੱਲ ਨੂੰ ਤੇ ਸਿੰਘ ਸੇਠ ਪ੍ਰਤਾਪ ਚੰਦ ਦੇ ਕਾਫਲੇ ਤੇ ਹਮਲਾ ਕਰ ਦਿੰਦੇ ਨੇ ਤੇ ਉਹਦਾ ਸਾਰਾ ਮਾਲ ਲੁੱਟ ਲੈਂਦੇ ਨੇ ਕਾਫਲੇ ਦੇ ਨਾਲ ਜਿਹੜੇ ਰਖਵਾਲੇ ਸੀ ਉਹ ਉਦੋਂ ਭੱਜ ਜਾਂਦੇ ਨੇ ਤੇ ਕੁਝ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਬੰਦੀ ਬਣਾ ਕੇ ਸਿੰਘ ਆਪਣੇ ਨਾਲ ਲਿਆਉਂਦੇ ਨੇ ਲੁੱਟੇ ਹੋਏ ਮਾਲ ਦੇ ਨਾਲ ਗੱਟੜੀਆਂ ਖੋਲ ਕੇ ਜਦੋਂ ਸਿੰਘ ਵੇਖਦੇ ਨੇ ਤਾਂ ਉਹਦੇ ਚੋਂ ਨਿਕਲਦੀਆਂ ਨੇ ਮਹਿੰਗੀਆਂ ਮਹਿੰਗੀਆਂ ਰੇਸ਼ਮੀ ਪੋਸ਼ਾਕਾਂ ਮਹਿੰਗੇ ਮਹਿੰਗੇ ਪਸ਼ਮੀਨਾ ਦੇ ਸ਼ਾਲ ਉਸ ਸਮੇਂ ਜੇ ਮੈਂ ਸਿੰਘਾਂ ਦੀ ਹਾਲਤ ਬਿਆਨ ਕਰਾਂ ਤਾਂ ਸਿੰਘਾਂ ਕੋਲ ਪੈਨਨ ਨੂੰ ਕੱਪੜੇ ਵੀ ਨਹੀਂ ਹੁੰਦੇ ਸੀ ਬਹੁਤੇ ਜਿਹੜੇ ਸਿੰਘ ਹੁੰਦੇ ਸੀ ਉਹਨਾਂ ਦੇ ਤਨ ਤੇ ਸਿਰਫ ਕਸ਼ੈਰਾ ਹੀ ਹੁੰਦਾ ਸੀ ਇੱਕ ਕਮਰਬੰਦ ਜਿਨ੍ਹਾਂ ਦੇ ਉੱਤੇ ਟੰਗੇ ਹੁੰਦੇ ਸੀ ਸਿੰਘਾਂ ਦੇ ਸ਼ਸਤਰ ਸਰਦੀ ਦੇ ਉਹ ਠਰ ਠਰ ਕਰਦੇ ਮੌਸਮ 'ਚ ਸਿੰਘਾਂ ਨੇ ਜਦੋਂ ਉਹ ਰੇਸ਼ਮੀ ਪੋਸ਼ਾਕਾਂ ਦੇਖੀਆਂ ਤਾਂ ਦਿਲ ਬਾਗੋਬਾਗ ਹੋ ਗਏ ਸਿੰਘਾਂ ਦੇ ਪ੍ਰਮਾਤਮਾ ਦਾ ਸ਼ੁਕਰ ਮਨਾਉਣ ਲੱਗੇ ਤੇ ਇੱਕ ਇੱਕ ਕਰਕੇ ਸਾਮਣੇ ਉਹ ਪਸ਼ਾਕਾਂ ਪਹਿਨ ਲਈਆਂ ਮਾਲ ਦੇ ਨਾਲ ਬੰਦੀ بنائے ਸੇਠ ਪ੍ਰਤਾਪ ਚੰਦ ਦੇ ਨੌਕਰਾਂ ਨੂੰ ਜਦੋਂ ਸਿੰਘਾਂ ਨੇ ਪੁੱਛਿਆ ਕਿ ਕਿੰਨੇ ਪੈਸੇ ਮਿਲੇ ਨੇ ਮੁਗਲ ਹਕੂਮਤ ਤੋਂ ਇਹ ਮਾਲ ਦੇ ਤੁਹਾਨੂੰ ਕਿੰਨੇ ਚ ਵੇਚਿਆ ਇਹ ਮੁਗਲਾਂ ਨੂੰ ਇਹ ਮਾਲ ਤਾਂ ਨੌਕਰਾਂ ਨੇ ਫਿਰ ਜਵਾਬ ਦਿੱਤਾ ਕਿ ਹਜੇ ਕੋਈ ਪੈਸਾ ਨਹੀਂ ਮਿਲਿਆ ਕਿ ਹਜੇ ਤਾਂ ਸੀ ਵੇਚਣ ਚੱਲੇ ਸੀ ਮੁਗਲ ਹਕੂਮਤ ਨੂੰ ਪੈਸੇ ਤਾਂ ਸਾਡੇ ਸੇਠ ਨੂੰ ਉਦੋਂ ਮਿਲਨੇ ਸੀ ਜਦੋਂ ਇਹ ਮਾਲ ਪਹੁੰਚ ਜਾਂਦਾ ਮੁਗਲਾਂ ਕੋਲ ਇਹ ਤਾਂ ਇੱਥੇ ਹੀ ਤੁਸੀਂ ਖੋਲਿਆ ਏ ਹੁਣ ਸਾਨੂੰ ਕਿਹੜੇ ਪੈਸੇ ਮਿਲਨੇ ਨੇ ਉੱਥੇ ਫਿਰ ਪੁੱਛਿਆ ਜਾਂਦਾ ਹੈ ਕਿ ਕਿੱਥੇ ਆ ਤੁਹਾਡਾ ਸੇਠ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਹੱਲਾ ਬੋਲਿਆ ਉਹ ਤਾਂ ਡਰਦਾ ਉਦੋਂ ਹੀ ਭੱਜ ਗਿਆ ਤੇ ਕਿਸੇ ਪਿੰਡ 'ਚ ਲੁਕਿਆ ਬੈਠਾ ਹੋਣਾ ਇਹ ਗੱਲ ਜਦੋਂ ਸਿੰਘਾਂ ਦੇ ਮੁਖੀ ਜਥੇਦਾਰ ਦਰਬਾਰਾ ਸਿੰਘ ਨੂੰ ਪਤਾ ਚੱਲਦੀ ਆ ਤਾਂ ਸੇਠ ਪ੍ਰਤਾਪ ਚੰਦ ਨੂੰ ਉੱਥੇ ਬੁਲਾਇਆ ਜਾਂਦਾ ਹੈ ਮੌਕੇ ਤੇ ਤੇ ਆਪਸ 'ਚ ਸਲਾਹ ਕੀਤੀ ਜਾਂਦੀ ਆ ਕਿ ਅਸੀਂ ਸਰਕਾਰੀ ਖਜ਼ਾਨਾ ਤੇ ਸਰਕਾਰੀ maal ਲੁੱਟਣ ਦਾ ਫੈਸਲਾ ਲਿਆ ਸੀ ਕਿ ਇਹ ਇਸ ਵਪਾਰੀ ਦਾ maal ਹੈ ਕਿ ਨੁਕਸਾਨ ਇਸ ਦਾ ਹੋਏਗਾ ਕਿਉਂਕਿ ਇਹਨੂੰ ਹਜੇ ਤੱਕ ਮੁਗਲ ਹਕੂਮਤ ਤੋਂ ਪੈਸੇ ਮਿਲੇ ਹੀ ਨਹੀਂ ਉੱਥੇ ਫਿਰ ਫੈਸਲਾ ਲਿਆ ਜਾਂਦਾ ਹੈ ਕਿ ਇਸ ਵਪਾਰੀ ਦਾ ਲੁੱਟਿਆ maal ਇਸ ਨੂੰ ਵਾਪਸ ਕੀਤਾ ਜਾਵੇਗਾ ਸੋਚ ਕੇ ਦੇਖੋ ਸਰਦੀ ਦਾ ਉਹ ਮੌਸਮ ਹੈ ਤੇ ਸਿੰਘਾਂ ਕੋਲ ਪਹਿਨਣ ਲਈ ਪੂਰੇ ਕੱਪੜੇ ਨਹੀਂ ਹੈਗੇ ਤਨ ਤੇ ਸਿਰਫ ਤਸ਼ਰੇ ਨੇ ਸਿੰਘਾਂ ਨੇ ਜਥੇਦਾਰ ਦਰਬਾਰਾ ਸਿੰਘ ਦੇ ਇੱਕ ਹੀ ਇਸ਼ਾਰੇ ਤੇ ਜਿੰਨੇ ਵੀ ਕੱਪੜੇ ਉਹ ਲੁੱਟੇ ਹੋਏ ਪਹਿਨੇ ਸੀਗੇ ਉਹ ਉਤਾਰ ਕੇ ਉਹ ਪੰਡਾਂ 'ਚ ਰੱਖਣੇ ਸ਼ੁਰੂ ਕਰ ਦਿੱਤੇ ਤੇ ਇਤਿਹਾਸ ਗਵਾਹ ਹੈ ਕਿ ਜਦੋਂ ਵਪਾਰੀ ਵੱਲੋਂ ਆਪਣੇ ਮਾਲ ਦੀ ਗਿਣਤੀ ਕੀਤੀ ਗਈ ਤਾਂ ਇੱਕ ਸ਼ਾਲ ਵੀ ਨਹੀਂ ਸੀ ਘਟਿਆ ਉੱਥੇ ਇੱਕ ਕੱਪੜਾ ਵੀ ਸਿੰਘਾਂ ਨੇ ਆਪਣੇ ਤਨ ਤੇ ਨਹੀਂ ਰੱਖਿਆ ਸੀ ਉਸ ਵਪਾਰੀ ਦਾ ਇਹ ਸੀਗਾ ਸਬਰ ਉਸ ਵੇਲੇ ਦਾ ਸਿੰਘਾਂ ਨੇ ਆਪਣੇ ਹਿੱਤਾਂ ਵਾਸਤੇ ਹਮਲੇ ਨਹੀਂ ਕੀਤੇ ਆਪਣੇ ਹਿੱਤਾਂ ਵਾਸਤੇ ਲੁੱਟਖੋ ਨਹੀਂ ਕੀਤੀ ਤਾਕਤਵਰ ਸੀਗੇ ਉਹ ਮੁਗਲ ਹਕੂਮਤ ਵੀ थरथਰ ਕੰਬਣ ਲੱਗ ਗਈ ਸੀ ਉਹਨਾਂ ਵੇਲੇਆਂ 'ਚ ਸਿੰਘਾਂ ਤੋਂ ਜੇ ਚਾਹੁੰਦੇ ਉਹ ਤਾਂ ਵਪਾਰੀ ਦਾ ਉਹ ਸਾਰਾ ਮਾਲ ਆਪਣੇ ਕੋਲ ਰੱਖ ਸਕਦੇ ਸੀ ਉਹਨਾਂ ਨੂੰ ਲੋੜ ਵੀ ਸੀਗੀ ਪਰ ਮੁਗਲਾਂ ਤੇ ਕੋਈ ਤਰਸ ਨਹੀਂ ਖਾਦਾ ਸਿੰਘਾਂ ਨੇ ਮੁਗਲਾਂ ਦੇ ਖਜ਼ਾਨੇ ਉਸੇ ਹੀ ਤਰੀਕੇ ਨਾਲ ਲੁੱਟਦੇ ਰਹੇ ਸਿੰਘ ਤੇ ਗੱਲ ਪਹੁੰਚ ਗਈ ਹੁਣ ਦਿੱਲੀ ਦਰਬਾਰ ਤੱਕ ਜ਼ਕਰੀਆ ਖਾਨ ਕਿਉਂਕਿ ਲਾਹੌਰ ਦਾ ਗਵਰਨਰ ਸੀ ਤੇ ਪੰਜਾਬ ਦਾ ਮਾਲੀਆ ਦਿੱਲੀ ਦਰਬਾਰ ਨੂੰ ਭੇਜਣ ਦੀ ਜ਼ਿੰਮੇਵਾਰੀ ਉਹਦੀ ਹੁੰਦੀ ਸੀ ਪਰ ਸਿੰਘ ਇੱਥੇ ਜ਼ਕਰੀਆ ਖਾਨ ਦਾ ਭੇਜਿਆ ਹੋਇਆ ਮਾਲੀਆ ਪੰਜਾਬ ਦੀ ਹੱਥ ਹੀ ਨਹੀਂ ਟੱਪਣ ਦਿੰਦੇ ਸੀ ਬੜਾ ਟਾਈਮ ਜਦੋਂ ਮਾਲੀਆ ਨਾ ਪਹੁੰਚਿਆ ਦਿੱਲੀ ਦਰਬਾਰ ਨੂੰ ਤਾਂ ਉੱਥੋਂ ਦਿੱਲੀ ਤੋਂ ਸਪੈਸ਼ਲ ਫਿਰ ਫੌਜ ਭੇਜੀ ਗਈ ਸਿੰਘਾਂ ਨੂੰ ਕਾਬੂ ਕਰਨ ਵਾਸਤੇ ਪਰ ਸਿੰਘਾਂ ਨੂੰ ਤਾਂ ਛੱਡੋ ਸਿੰਘਾਂ ਦੇ ਇੱਕ ਪਚੰਗੀ ਨੂੰ ਵੀ ਨਹੀਂ ਫੜ ਪਾਏ ਦਿੱਲੀ ਤੋਂ ਆਏ ਹੋਏ ਉਹ ਸਪੈਸ਼ਲ ਫੌਜੀ ਸਿੰਘਾਂ ਨੇ ਫਿਰ ਇਹ ਦੌਰ ਚ ਮੁਗਲਾਂ ਤੇ ਹਮਲਿਆਂ ਦੀ ਝੜੀ ਲਗਾ ਦਿੱਤੀ ਸਿੱਖ ਕਿਸੇ ਅਸਮਾਨੀ ਬਿਜਲੀ ਵਾਂਗ ਮੁਗਲਾਂ ਦੇ ਕਾਫਲੇ ਤੇ ਡਿੱਗਦੇ ਖਜ਼ਾਨਾ ਲੁੱਟਦੇ ਤੇ ਹਵਾ ਦੇ ਬੁੱਲੇ ਵਾਂਗ ਉੱਥੋਂ ਗਾਇਬ ਹੋ ਜਾਂਦੇ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ ਜ਼ਕਰੀਆ ਖਾਨ 3 ਸਾਲ ਤੱਕ ਦਿੱਲੀ ਦਰਬਾਰ ਨੂੰ ਮਾਲੀਆ ਨਹੀਂ ਪਰ ਸਕਿਆ ਹੁਣ ਜ਼ਕਰੀਆ ਖਾਨ ਦੇ ਵੀ ਹੱਥ ਖੜੇ ਹੋ ਗਏ ਸੀ ਉਹਦੇ ਹੱਥ ਲੱਗ ਰਹੀ ਸੀ ਤਾਂ ਸਿਰਫ ਨਿਰਾਸ਼ਾ ਕੋਈ ਸਿੰਘ ਉਹਦੇ ਹੱਥ ਨਹੀਂ ਸੀ ਲੱਗ ਰਿਆ ਅੱਕ ਕੇ ਫਿਰ ਜ਼ਕਰੀਆ ਖਾਨ ਨੂੰ ਇਥੇ ਹਾਰ ਮੰਨਣੀ ਪਈ ਮੁਗਲ ਤਖਤ ਨੂੰ ਫੇਰੇ تھے ਸਿੰਘਾਂ ਅੱਗੇ ਝੁਕਣਾ ਪਿਆ ਉਹੀ ਮੁਗਲ ਤਖਤ ਜੋ ਆਪਣੇ ਆਪ ਨੂੰ ਰੱਬ ਸਮਝਦਾ ਸੀ ਤੇ ਸਿੰਘਾਂ ਨੂੰ ਕੋਈ ਕੀੜੇ ਮਕੌੜੇ ਸਮਝਦਾ ਸੀ ਕਿ ਇਹਨਾਂ ਨੂੰ ਤਾਂ ਕਦੋਂ ਮਰਜੀ ਮਸਲ ਦੋ ਇਹਨਾਂ ਨੂੰ ਤਾਂ ਕਦੋਂ ਮਰਜੀ ਮਾਰ ਦੋ ਇਹਨਾਂ ਦੇ ਤਾਂ ਕਤਲ ਵੀ ਮਾਫ ਨੇ ਉਹੀ ਤਖਤ ਅੱਜ ਸਿੰਘਾਂ ਦੇ ਅੱਗੇ ਗੋਡੇ ਟੇਕ ਕੇ ਬੈਠਾ ਸੀ ਉਹੀ ਤਖਤ ਅੱਜ ਮਿੰਤਾਂ ਕਰ ਰਿਹਾ ਸੀ ਕਿ ਕਿਸੇ ਤਰੀਕੇ ਨਾਲ ਸਿੰਘਾਂ ਨਾਲ ਸੁਲਾ ਹੋ ਜਾਏ ਜ਼ਖਰੀਆ ਖਾਨ ਨੇ ਫਿਰ ਇੱਥੇ ਥੱਕੇ ਹਾਰੇ ਨੇ ਇੱਕ ਨਵਾਂ ਪੈੰਤਰਾ ਖੇលਿਆ ਕਿ ਸਿੰਘਾਂ ਨੂੰ ਕੋਈ ਅਹੁਦਾ ਬਖਸ਼ ਦੋ ਸਿੰਘਾਂ ਨੂੰ ਕੋਈ ਤਾਕਤ ਬਖਸ਼ ਦੋ ਕਿ ਕਿਸੇ ਅਹੁਦੇ ਦੇ ਮੰਗਰ ਫਿਰ ਉਹ ਇੱਕ ਦੂਜੇ ਨਾਲ ਲੜਨਗੇ ਤੇ ਉਹ ਕਮਜ਼ੋਰ ਹੋਣਗੇ ਤੇ ਫਿਰ ਮੈਂ ਉਹਨਾਂ ਤੇ ਵਾਰ ਕਰੂੰਗਾ ਕਿਉਂਕਿ ਸਿੰਘਾਂ ਦੀਆਂ ਸਭ ਤੋਂ ਵੱਡੀਆਂ ਤਾਕਤਾਂ 'ਚੋਂ ਇੱਕ ਸੀ ਉਹਨਾਂ ਦਾ ਏਕਾ ਉਹਨਾਂ ਦੀ ਚੜ੍ਹਦੀ ਕਲਾ ਜਦੋਂ ਤੱਕ ਉਹ ਇਕੱਠੇ ਸੀ ਉਹ ਮਜ਼ਬੂਤ ਸੀ ਜ਼ਕਰੀਆ ਖਾਨ ਨੇ ਫਿਰ ਨਵਾਬੀ ਦੀ ਪੇਸ਼ਕਸ਼ ਕੀਤੀ ਸਿੰਘਾਂ ਨੂੰ ਉਹ ਨਵਾਬੀ ਚ ਤਿੰਨ ਚਾਰ ਪਿੰਡਾਂ ਨੂੰ ਸਿੰਘਾਂ ਦੇ ਨਾਮ ਕਰਨ ਦਾ ਫੈਸਲਾ ਲਿਆ ਗਿਆ ਗੁਰੂ ਕਾ ਚੱਕ ਦਿਪਾਲਪੁਰ ਕੰਗਨਵਾਲ ਤੇ ਚਬਾਲ ਇਹ ਪਿੰਡਾਂ ਦੀ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਸਿੰਘਾਂ ਨੂੰ ਸੋਚ ਕੇ ਦੇਖੋ ਕਿਸੇ ਟਾਈਮ ਤੇ ਜਿਹੜੇ ਜ਼ਕਰੀਆ ਖਾਨ ਨੇ ਸਿੰਘਾਂ ਨੂੰ ਸਿੱਖਾਂ ਨੂੰ ਉਹਨਾਂ ਦੇ ਘਰਾਂ ਚੋਂ ਉਹਨਾਂ ਦੇ ਪਿੰਡਾਂ ਚੋਂ ਕੱਢ ਕੇ ਜੰਗਲਾਂ 'ਚ ਜਾਣ ਲਈ ਮਜਬੂਰ ਕਰ ਦਿੱਤਾ ਸੀ ਅੱਜ ਉਹੀ ਜ਼ਕਰੀਆ ਖਾਨ ਕਿੰਨੇ ਪਿੰਡਾਂ ਦੀ ਸਰਦਾਰੀ ਕਿੰਨੇ ਪਿੰਡਾਂ ਦੀ ਨਵਾਬੀ ਸਿੰਘਾਂ ਨੂੰ ਬਖਸ਼ ਰਿਹਾ ਸੀ ਉਹ ਨਵਾਬੀ ਲੈ ਕੇ ਕੌਣ ਜਾਵੇ ਇਹ ਸਵਾਲ ਪੈਦਾ ਹੋਇਆ ਇੱਥੇ ਫਿਰ ਚੁਣਿਆ ਗਿਆ ਭਾਈ ਸੁਬੇਕ ਸਿੰਘ ਨੂੰ ਭਾਈ ਸੁਬੇਕ ਸਿੰਘ ਜੋ ਕਿ ਪਹਿਲਾਂ ਮੁਗਲ ਹਕੂਮਤ ਦੀਆਂ ਜ਼ਮੀਨਾਂ ਠੇਕੇ ਤੇ ਲੈਂਦੇ ਸੀ ਉਸ ਤੋਂ ਬਾਅਦ ਉਹ ਮੁਗਲਾਂ ਦੀ ਨੌਕਰੀ ਕਰਨ ਲੱਗ ਗਏ ਸੀ ਫਾਰਸੀ ਦੇ ਬੜੇ-ਬੱਡੇ ਵਿਦਵਾਨ ਸੀਗੇ ਇਹਨਾਂ ਨੂੰ ਵਕੀਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ ਸਿੰਘਾਂ ਤੇ ਮੁਗਲ ਹਕੂਮਤ ਦੇ ਵਿੱਚ ਇੱਕ ਕੜੀ ਦਾ ਕੰਮ ਕਰ ਸਕਦੇ ਸੀ ਇਹਨਾਂ ਨੂੰ ਫਿਰ ਚੁਣਿਆ ਜਾਂਦਾ ਹੈ ਕਿ ਤੁਸੀਂ ਨਵਾਬੀ ਦੀ ਪੇਸ਼ਕਸ਼ ਲੈ ਕੇ ਜਾਓ ਸਿੰਘਾਂ ਕੋਲ ਹੁਣ ਸਿੰਘ ਬੈਠੇ ਸੀ ਜੰਗਲਾਂ 'ਚ ਉੱਥੇ ਜਾਣ ਦੀ ਹਿੰਮਤ ਕੌਣ ਕਰੇ ਜ਼ਕਰੀਆ ਖਾਨ ਨੇ ਫਿਰ ਫਸੇ ਹੋਏ ਨੇ ਇੱਕ ਹੋਰ ਫੈਸਲਾ ਲਿਆ ਇਥੇ ਹੁਣ ਜਿਹੜਾ ਇਹ ਦੌਰ ਸੀ ਸਾਰਾ ਸਿੰਘ ਤਾਂ ਜੰਗਲਾਂ 'ਚ ਰਹਿੰਦੇ ਸੀ ਜਿਹੜੇ ਪੰਜਾਬ ਦੇ ਗੁਰੂ ਧਾਮ ਸੀ ਉਹਨਾਂ 'ਚ ਸਿੱਖਾਂ ਦਾ ਜਾਣਾ ਬੈਨ ਕੀਤਾ ਹੋਇਆ ਸੀ ਜ਼ਕਰੀਆ ਖਾਨ ਨੇ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਨਹੀਂ ਆ ਸਕਦਾ ਕੋਈ ਵੀ ਸਿੱਖ ਸਰੋਵਰ 'ਚ ਇਸ਼ਨਾਨ ਨਹੀਂ ਕਰ ਸਕਦਾ ਇੱਥੇ ਫਿਰ ਆਉਂਦੀ ਵਿਸਾਖੀ ਨੂੰ ਇਹ ਐਲਾਨ ਕੀਤਾ ਗਿਆ ਜ਼ਕਰੀਆ ਖਾਨ ਵੱਲੋਂ ਕਿ ਸਿੱਖ ਆਪਣੇ ਦਰਬਾਰ ਸਾਹਿਬ ਆ ਕੇ ਵਿਸਾਖੀ ਮਨਾ ਸਕਦੇ ਨੇ ਇਹ ਖਬਰ ਜੰਗਲਾਂ 'ਚ ਬੈਠੇ ਸਿੱਖਾਂ ਨੂੰ ਵੀ ਪਤਾ ਲੱਗੀ ਤੇ ਪੂਰੀ ਕੌਮ ਫਿਰ ਉਹ ਵਿਸਾਖੀ ਤੇ ਦਰਬਾਰ ਸਾਹਿਬ ਇਕੱਠੀ ਹੋਈ ਤੇ ਐਸੇ ਹੀ ਵਿਸਾਖੀ ਦੇ ਦਿਹਾੜੇ ਤੇ ਭਾਈ ਸੁਬੇਗ ਸਿੰਘ ਨੂੰ ਭੇਜਿਆ ਗਿਆ ਨਵਾਬੀ ਦੀ ਖਿਲਤ ਦੇ ਕੇ ਸਿੱਖਾਂ ਨੂੰ ਇਹ ਪੇਸ਼ਕਸ਼ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੀਵਾਨ ਸਜੇ ਹੋਏ ਨੇ ਸਿੰਘਾਂ ਦੇ ਬੜੇ ਟਾਈਮ ਬਾਅਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਭਾਈ ਸੁਬੇਕ ਸਿੰਘ ਫਿਰ ਜਾਂਦੇ ਨੇ ਨਵਾਬੀ ਦੀ ਖਿਲਤ ਲੈ ਕੇ ਜ਼ਕਰੀਆ ਖਾਨ ਜਿਹੜਾ ਸੋਚ ਰਿਹਾ ਸੀ ਕਿ ਨਵਾਬੀ ਪਿੱਛੇ ਸਿੱਖ ਆਪਸ ਚ ਲੜਨਗੇ ਕਿ ਮੈਨੂੰ ਚਾਹੀਦੀ ਹੈ ਇੱਕ ਕੁਰਸੀ ਮੈਨੂੰ ਚਾਹੀਦਾ ਹੈ ਉਹਦਾ ਪਤਾ ਕੀ ਕੀਤਾ ਸੀ ਸਿੰਘਾਂ ਨੇ ਉਹ ਨਵਾਬੀ ਦੀ ਖਿਲਤ ਦਾ ਦੀਵਾਨ ਹਾਲ ਦੇ ਜਿਹੜੇ ਬਾਹਰ ਖੜੇ ਸੀਗੇ ਸੇਵਾਦਾਰ ਜਦੋਂ ਉਹਨਾਂ ਨੇ ਭਾਈ ਸੁਬੇਕ ਸਿੰਘ ਨੂੰ ਪੁੱਛਿਆ ਕਿ ਕੌਣ ਹੋ ਤੁਸੀਂ ਕਿਹਨੂੰ ਮਿਲਣ ਆਏ ਹੋ ਕਹਿੰਦੇ ਜੀ ਮੈਂ ਨਵਾਬੀ ਦੀ ਖਿਲਤ ਲੈ ਕੇ ਆਇਆ 1 ਲੱਖ ਨਜ਼ਰਾਨਾ ਲੈ ਕੇ ਆਇਆ ਮੈਂ ਜਥੇਦਾਰ ਦਰਬਾਰਾ ਸਿੰਘ ਨੂੰ ਮਿਲਣਾ ਹੈ ਉਹ ਕਹਿੰਦੇ ਠੀਕ ਆ ਤਾ ਕੱਲੇ ਜਾਓ ਆ ਨਵਾਬੀ ਨੂਬੀ ਆਪਦੀ ਇੱਥੇ ਰੱਖ ਦੋ ਸੰਗਤਾਂ ਦੇ ਜੋੜਿਆਂ 'ਚ ਸੰਗਤਾਂ ਦੇ ਜੋੜਿਆਂ 'ਚ ਉਹ ਨਵਾਬੀ ਦੀ ਖਿੱਲਤ ਰੱਖੀ ਗਈ ਤੇ ਭਾਈ ਸੁਭੇਗ ਸਿੰਘ ਫਿਰ ਮਿਲਣ ਗਏ ਜਥੇਦਾਰ ਦਰਬਾਰਾ ਸਿੰਘ ਨੂੰ ਜ਼ਕਰੀਆ ਖਾਨ ਸੋਚ ਰਿਹਾ ਸੀ ਕਿ ਨਵਾਬੀ ਪਿੱਛੇ ਸਿੰਘ ਆਪਸ ਚ ਲੜਨਗੇ ਪਰ ਇਥੇ ਜਥੇਦਾਰ ਦਰਬਾਰਾ ਸਿੰਘ ਤੇ ਬਾਕੀ ਸਿੰਘਾਂ ਨੇ ਨਵਾਬੀ ਲੈਣ ਤੋਂ ਹੀ ਮਨਾ ਕਰ ਦਿੱਤਾ ਉਹ ਕਹਿੰਦੇ ਸਾਡੀ ਜੁੱਤੀ ਦੀ ਨੋਕ ਤੇ ਆਏ ਤੁਹਾਡੀ ਨਵਾਬੀ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਨੇ ਬਾਦਸ਼ਾਹੀਆਂ ਬਖਸ਼ੀਆਂ ਨੇ ਅਸੀਂ ਤੁਹਾਡੀਆਂ ਨਵਾਬੀਆਂ ਤੋਂ ਕੀ ਲੈਣਾ ਤਾਂ ਇਥੇ ਜਿਹੜੇ ਭਾਈ ਸੁਬੇਗ ਸਿੰਘ ਸੀਗੇ ਉਹ ਇੱਕ ਤਰੀਕੇ ਨਾਲ ਸਮਝਾਉਂਦੇ ਨੇ ਸਿੰਘਾਂ ਨੂੰ ਕਿਉਂਕਿ ਸੁਭਚਿੰਤਕਤਾ ਸੀਗੇ ਉਹ ਸਿੰਘਾਂ ਦੇ ਨੌਕਰੀ ਭਾਵੇਂ ਮੁਗਲ ਦਰਬਾਰ ਦੀ ਕਰਦੇ ਸੀਗੇ ਉਹ ਸਮਝਾਉਂਦੇ ਨੇ ਕਿ ਤੁਸੀਂ ਮੰਗੀ ਤਾਂ ਹੈ ਨਹੀਂ ਨਵਾਬੀ ਤੁਸੀਂ ਹੱਥ ਥੋੜੀ ਨਾ ਅੱਗੇ ਨੇ ਤੁਸੀਂ ਝੋਲੀ ਥੋੜੀ ਨਾ ਅੱਗੀ ਆ ਮੁਗਲ ਹਕੂਮਤ ਦੇ ਅੱਗੇ ਕਿਉਂ ਆਪ ਥੱਕ ਹਾਰ ਕੇ ਤੁਹਾਨੂੰ ਨਵਾਬੀ ਦੀ ਪੇਸ਼ਕਸ਼ ਕਰ ਰਹੇ ਨੇ ਨਵਾਬੀ ਦੇ ਨਾਲ-ਨਾਲ ਕੁਝ ਹੋਰ ਵੀ ਪੇਸ਼ਕਸ਼ ਕੀਤੀ ਗਈ ਸੀ ਜ਼ਕਰੀਆ ਖਾਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਨਵਾਬੀ ਦੇ ਨਾਲ-ਨਾਲ ਜਿੰਨੇ ਵੀ ਗੁਰੂ ਘਰ ਨੇ ਗੁਰਦੁਆਰਾ ਸਾਹਿਬ ਨੇ ਉਹਨਾਂ ਦਾ ਪ੍ਰਬੰਧ ਸਿੰਘਾਂ ਦੇ ਹੇਠ ਹੀ ਆ ਜਾਊਗਾ ਕਿਸੇ ਵੀ ਗੁਰਦੁਆਮ ਤੇ ਕੋਈ ਵੀ ਪਾਬੰਦੀ ਨਹੀਂ ਰੱਖੀ ਜਾਏਗੀ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣੀਆਂ ਗੁਰੂ ਧਾਮਾਂ ਤੋਂ ਕੋਈ ਵੀ ਸਿੱਖ ਕਿਸੇ ਵੀ ਗੁਰੂ ਘਰ ਚ ਆ ਜਾ ਸਕਦਾ ਹੈ ਇਹ ਗੱਲ ਨਵਾਬੀ ਤੋਂ ਵੱਡੀ ਸੀਗੀ ਸਿੰਘਾਂ ਵਾਸਤੇ ਕਿਉਂਕਿ ਜਦੋਂ ਜੰਗਲਾਂ ਚ ਲੰਮਾ ਸਮਾਂ ਰਹੇ ਨੇ ਸਿੰਘ ਜਿਹੜੇ ਗੁਰੂ ਘਰ ਸੀਗੇ ਪੰਜਾਬ ਚ ਉਹਨਾਂ ਦੀ ਸਾਂਭ ਸੰਭਾਲ ਇਹਨੇ ਚੰਗੇ ਤਰੀਕੇ ਨਾਲ ਨਹੀਂ ਹੋਈ ਸਿੰਘਾਂ ਨੂੰ ਇਹ ਸੀ ਕਿ ਅਸੀਂ ਆਪਣੇ ਤਨ ਮਨਤਾ ਨਾਲ ਆਪਣੇ ਗੁਰੂ ਧਾਮਾਂ ਦੀ ਸਾਂਭ ਸੰਭਾਲ ਸੇਵਾ ਆਪ ਕਰੀਏ ਇੱਥੇ ਫਿਰ ਰਾਏ ਹੋਣ ਲੱਗੀ ਕਿ ਨਵਾਬੀ ਲਈਏ ਜਾਂ ਨਾ ਲਈਏ ਕੁਸਿੰਗਾ ਨੇ ਇਹ ਵੀ ਆਪਣੀ رائے ਦਿੱਤੀ ਕਿ ਨਵਾਬੀ ਲੈ ਲੈਣੀ ਚਾਹੀਦੀ ਆ ਸਾਡੇ ਗੁਰੂ ਧਾਮ ਸਾਡੇ ਕੋਲ ਆ ਜਾਣਗੇ ਤੇ ਜੰਗਲਾਂ ਚੋਂ ਸਾਨੂੰ ਆਪਣੇ ਪੰਜਾਬ ਔਨ ਦਾ ਟਾਈਮ ਮਿਲ ਜਾਏਗਾ ਤੇ ਇਸ ਟਾਈਮ ਚ ਅਸੀਂ ਆਪਣੇ ਖਾਲਸੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਲਵਾਂਗੇ ਹੋਰ ਜ਼ਿਆਦਾ ਜਥੇਬੰਦਕ ਕਰ ਲਵਾਂਗੇ ਆਰਗੇਨਾਈਜ਼ਡ ਕਰ ਲਵਾਂਗੇ ਕਿਉਂਕਿ ਜੰਗਲਾਂ ਚ ਤਾਂ ਉਹਨਾਂ ਨੂੰ ਰੋਟੀ ਖਾਣ ਦਾ ਵੀ ਕਈ ਵਾਰ ਟਾਈਮ ਨਹੀਂ ਸੀ ਮਿਲਦਾ ਜੂਸ ਦੇ ਹੀ ਰਹਿੰਦੇ ਸੀ ਉੱਥੇ ਤਾਂ ਇੱਥੇ ਫਿਰ ਫੈਸਲਾ ਕਰ ਲਿਆ ਗਿਆ ਕਿ ਨਵਾਬੀ ਲੈ ਲੈਣਿਆ ਪਰ ਹੁਣ ਨਵਾਬੀ ਦਿੱਤੀ ਕਿਨੂੰ ਜਾਵੇ ਇਹ ਵੀ ਵੱਡਾ ਸਵਾਲ ਸੀ ਕਿਸੇ ਨੂੰ ਕੋਈ ਲਾਲਚ ਨਹੀਂ ਸੀ ਕੋਈ ਵੱਧ ਵੱਧ ਕੇ ਅੱਗੇ ਨਹੀਂ ਆਇਆ ਕਿ ਮੈਂ ਲੈਣੀ ਆ ਮੈਂ ਲੈਣੀ ਆ ਅਸੀਂ ਐਨੇ ਟਾਈਮ ਤੋਂ ਲੜ ਰਹੇ ਆ ਕਿਸੇ ਨੇ ਇਹ ਗੱਲ ਨਹੀਂ ਕਹੀ ਇੱਥੇ ਫਿਰ ਫੈਸਲਾ ਕੀਤਾ ਗਿਆ ਕਿ ਨਵਾਬੀ ਉਸ ਨੂੰ ਦਿੱਤੀ ਜਾਏਗੀ ਜੋ ਸੰਗਤ ਦੀ ਹਜ਼ੂਰੀ ਚ ਹੀ ਸੰਗਤ ਦੀ ਸੇਵਾ ਕਰ ਰਿਹਾ ਹੋਵੇ। ਜਥੇਦਾਰ ਕਪੂਰ ਸਿੰਘ ਉਸ ਸਮੇਂ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਕਰ ਰਏ ਸਨ। ਰੋਪੜ ਦੀ ਇੱਕ ਝੜਪ ਚੋਂ ਉਹ ਆਏ ਸੀ ਤੇ ਉਹਨਾਂ ਦੇ ਮੱਥੇ ਤੇ ਲੱਗਾ ਸੀ ਇੱਕ ਤਲਵਾਰ ਦਾ ਫੱਟ। ਖੂਨ ਚੋਰਿਆ ਸੀ ਤੇ ਉਹਦੇ ਉੱਪਰ ਦੀ ਉਹਨਾਂ ਨੇ ਇੱਕ ਪੱਟੀ ਬੰਨੀ ਹੋਈ ਸੀ। ਉਹਨਾਂ ਨੂੰ ਜਦੋਂ ਫੈਸਲਾ ਇਹ ਸੁਨਾਇਆ ਜਾਂਦਾ ਹੈ ਕਿ ਨਵਾਬੀ ਤੁਹਾਨੂੰ ਦੇਣੀ ਆ ਸੀ ਪਹਿਲਾਂ ਉਹ ਮਨਾਂ ਕਰਦੇ ਨੇ ਕਿ ਮੈਨੂੰ ਨਹੀਂ ਚਾਹੀਦੀ ਨਵਾਬੀ ਫਿਰ ਉੱਥੇ ਬਹੁਤ ਸਾਰੇ ਸਿੰਘਾਂ ਦਾ ਵੀ ਇਹੀ ਫੈਸਲਾ ਸੀਗਾ ਕਿ ਜਥੇਦਾਰ ਦਰਬਾਰਾ ਸਿੰਘ ਤੋਂ ਬਾਅਦ ਜੇ ਕੋਈ ਕਾਬਿਲ ਹੈ ਨਵਾਬੀ ਦੇ ਤਾਂ ਉਹ ਜਥੇਦਾਰ ਕਪੂਰ ਸਿੰਘ ਨੇ ਜਥੇਦਾਰ ਕਪੂਰ ਸਿੰਘ ਫਿਰ ਇਹ ਨਵਾਬੀ ਲੈਣ ਦਾ ਫੈਸਲਾ ਮੰਨ ਲੈਂਦੇ ਨੇ ਪਰ ਉਹ ਕਹਿੰਦੇ ਨੇ ਕਿ ਮੇਰੀਆਂ ਸ਼ਰਤਾਂ ਨੇ ਮੈਂ ਨਵਾਬੀ ਲੈ ਲੈਣਾ ਕੋਈ ਗੱਲ ਨਹੀਂ ਪਰ ਮੇਰੀਆਂ ਸ਼ਰਤਾਂ ਨੇ ਪਹਿਲੀ ਸ਼ਰਤ ਤਾਂ ਇਹ ਆ ਕਿ ਇਹ ਨਵਾਬੀ ਦੀ ਖਿੱਲਤ ਆ ਜਿਹੜੀ ਇਹ ਪੰਜ ਸਿੰਘਾਂ ਦੇ ਪੈਰਾਂ ਨੂੰ শুਹਾ ਕੇ ਮੈਨੂੰ ਦਿੱਤੀ ਜਾਵੇ ਇਦਾਂ ਹੀ ਕੀਤਾ ਜਾਂਦਾ ਹੈ ਉਹ ਨਵਾਬੀ ਦੀ ਜਿਹੜੀ ਖਿੱਲਤ ਹੁੰਦੀ ਆ ਉਹ ਪੰਜ ਸਿੰਘਾਂ ਦੇ ਪੈਰਾਂ ਨੂੰ শুਹਾ ਕੇ ਦਿੱਤੀ ਜਾਂਦੀ ਆ ਜਥੇਦਾਰ ਕਪੂਰ ਸਿੰਘ ਨੂੰ ਹੁਣ ਨਵਾਬੀ ਦੀ ਖਿੱਲਤ ਚ ਹੈ ਕੀ ਕੁਝ ਸੀ ਇਹ ਦੱਸ ਦਿਆਂ ਤੁਹਾਨੂੰ 1 ਲੱਖ ਦਾ ਨਜ਼ਰਾਨਾ ਸੀ ਉਹਨਾਂ ਵੇਲੇਆਂ ਦਾ ਇੱਕ ਰੇਸ਼ਮੀ ਦਸਤਾਰ ਸੀ ਹੀਰਿਆਂ ਨਾਲ ਜੜੀ ਇੱਕ ਕਲਗੀ ਸੁੱਚੇ ਮੋਤੀਆਂ ਦੀ ਇੱਕ ਮਾਲਾ ਤੇ ਇੱਕ ਸਨੇਰੀ ਕੰਠਾ ਇੱਕ ਸਨੇਰੀ ਕੰਗਣਾ ਦੀ ਜੋੜੀ ਇੱਕ ਹੀਰਿਆਂ ਨਾਲ ਜੜੀ ਹੋਈ ਤਲਵਾਰ ਤੇ ਇੱਕ ਰੇਸ਼ਮੀ ਪੋਸ਼ਾਕ ਤੇ ਇੱਕ ਜਿਗਾ ਤਾਂ ਇਹ ਸਾਰੀਆਂ ਚੀਜ਼ਾਂ ਨਵਾਬੀ ਦੀ ਇਹ ਸਾਰੀ ਖਿਲਤ ਪੰਜ ਸਿੰਘਾਂ ਦੇ ਪੈਰਾਂ ਨੂੰ ਛੁਆ ਕੇ ਫੇਰ ਜਥੇਦਾਰ ਕਪੂਰ ਸਿੰਘ ਨੂੰ ਸੌਂਪੀ ਜਾਂਦੀ ਆ ਤੇ ਉਹ ਪੰਜ ਸਿੰਘ ਹੀ ਜਥੇਦਾਰ ਕਪੂਰ ਸਿੰਘ ਨੂੰ ਨਵਾਬੀ ਦੀ ਇਹ ਪੋਸ਼ਾਕ ਪਹਨਾਉਂਦੇ ਨੇ ਉਹ ਰੇਸ਼ਮੀ ਦਸਤਾਰ ਸਜਾਈ ਜਾਂਦੀ ਆ ਕਲਗੀ ਸਜਾਈ ਜਾਂਦੀ ਆ ਤੇ ਉਹ ਰੇਸ਼ਮੀ ਪੋਸ਼ਾਕ ਤੇ ਇੱਥੇ ਸਿੱਖ ਕੌਮ ਨੂੰ ਮਿਲਦੇ ਨੇ ਸਿੱਖ ਕੌਮ ਦੇ ਪਹਿਲੇ ਨਵਾਬ ਨਵਾਬ ਕਪੂਰ ਸਿੰਘ ਜੀ ਕਪੂਰ ਸਿੰਘ ਜੀ ਦੀ ਜਿਹੜੀ ਦੂਜੀ ਸ਼ਰਤ ਸੀ ਉਹ ਇਹ ਸੀਗੀ ਕਿ ਮੈਂ ਨਵਾਬ ਬਣ ਜਾਊਂਗਾ ਪਰ ਮੈਂ ਕਿਸੇ ਤਖਤ ਤੇ ਨਹੀਂ ਬੈਠੂੰਗਾ ਮੈਂ ਉਸੇ ਤਰੀਕੇ ਨਾਲ ਹੀ ਰਹੂੰਗਾ ਜਿਵੇਂ ਹੁਣ ਰਹਿਣਾ ਉਹਨਾਂ ਦੀ ਤੀਜੀ ਸ਼ਰਤ ਸੀ ਕਿ ਨਵਾਬੀ ਮਿਲਣ ਤੋਂ ਬਾਅਦ ਵੀ ਮੈਂ ਆਪਣੀ ਸੇਵਾ ਜਾਰੀ ਰੱਖਾਂਗਾ ਜੋ ਮੈਂ ਕਰਦਾ ਜਥੇਦਾਰ ਕਪੂਰ ਸਿੰਘ ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ ਸੇਵਾ ਕਰਦੇ ਸੀ ਘੋੜਿਆਂ ਦੀ ਸਾਂਭ ਸੰਭਾਲ ਦੀ ਸੇਵਾ ਕਰਦੇ ਸੀ ਸੰਗਤਾਂ ਨੂੰ ਪੱਖਾ ਚੱਲਣ ਦੀ ਸੇਵਾ ਕਰਦੇ ਸੀ ਤੀਜੀ ਸ਼ਰਤ ਉਹਨਾਂ ਦੀ ਇਹ ਸੀ ਕਿ ਜੋ ਸੇਵਾ ਮੈਂ ਪਹਿਲਾਂ ਕਰਦਾ ਉਹੀ ਸੇਵਾ ਮੈਂ ਨਵਾਬੀ ਤੋਂ ਬਾਅਦ ਜਾਰੀ ਰੱਖੂੰਗਾ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲੀਆਂ ਜਾਂਦੀਆਂ ਨਵਾਬ ਕਪੂਰ ਸਿੰਘ ਦੀ ਜੋ ਫੋਟੋ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੀ ਪੂਰੀ ਨਵਾਬੀ ਦੀ ਖਿੱਲਤ ਸੀ ਤੇ ਨਵਾਬ ਬਣਨ ਤੋਂ ਬਾਅਦ ਵੀ ਉਹ ਕਿਸੇ ਤਖਤ ਤੇ ਨਹੀਂ ਬੈਠੇ ਉਹਨਾਂ ਨੇ ਕਿਸੇ ਵੀ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਸਲੂਕ ਨਹੀਂ ਕੀਤਾ ਆਪਣੀ ਸੇਵਾ ਉਹ ਨਿਰੰਤਰ ਕਰਦੇ ਰਹਿੰਦੇ ਸੀ ਨਵਾਬ ਬਣਨ ਤੋਂ ਬਾਅਦ ਵੀ ਨਵਾਬ ਕਪੂਰ ਸਿੰਘ ਖਾਲਸੇ ਦੇ ਘੋੜਿਆਂ ਦੇ ਤਬੇਲੇ 'ਚ ਜਾਂਦੇ ਤੇ ਘੋੜਿਆਂ ਦੀ ਸਾਂਭ ਸੰਭਾਲ ਕਰਦੇ ਸੰਗਤਾਂ ਨੂੰ ਪੱਖਾ ਚਲਦੇ ਇਹ ਸੀਗਾ ਸਬਰ ਤੇ ਸ਼ੁਕਰ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਸਿੰਘਾਂ ਦਾ ਨਵਾਬ ਬਣਨ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਉਹ ਸੀ ਖਾਲਸੇ ਨੂੰ ਸਿੰਘਾਂ ਨੂੰ ਜੰਗਲਾਂ ਬੇਲਿਆਂ ਪਹਾੜਾਂ ਚੋਂ ਲਿਆ ਕੇ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਵ사 ਦਿੱਤਾ ਤੇ 1733 ਚ ਨਵਾਬ ਕਪੂਰ ਸਿੰਘ ਵੱਲੋਂ ਇੱਕ ਸਰਬੱਤ ਖਾਲਸਾ ਬੁਲਾਇਆ ਗਿਆ ਜਿੱਥੇ ਪੂਰੇ ਖਾਲਸੇ ਦੀ ਸਮੋਲੀਅਤ ਹੋਈ ਤੇ ਨਵਾਬ ਕਪੂਰ ਸਿੰਘ ਨੇ ਖਾਲਸੇ ਨੂੰ ਹੋਰ ਮਜ਼ਬੂਤ ਕਰਨ ਲਈ ਤੇ ਆਰਗੇਨਾਈਜ਼ਡ ਕਰਨ ਲਈ ਖਾਲਸੇ ਨੂੰ ਦੋ ਦਲਾਂ ਚ ਵੰਡ ਦਿੱਤਾ ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ 40 ਸਾਲ ਦੀ ਉਮਰ ਤੋਂ ਘੱਟ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਤਰਨਾ ਦਲ 'ਚ ਸ਼ਾਮਿਲ ਕੀਤਾ ਗਿਆ। ਤਰਨਾ ਦਲ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹ ਸੀ ਦੀਨ ਦੁਖੀਆਂ ਦੀ ਰੱਖਿਆ ਕਰਨੀ ਤੇ ਜ਼ੁਲਮ ਦੇ ਖਿਲਾਫ ਜੰਗ ਕਰਨਾ, ਖਾਲਸੇ ਦਾ ਜੰਗੀ ਅਭਿਆਸ ਕਰਨਾ ਤੇ ਜੰਗਾਂ ਯੁੱਧਾਂ 'ਚ ਜ਼ੁਲਮ ਦੇ ਖਿਲਾਫ ਜੂਝਣਾ। ਬੁੱਢਾ ਦਲ 'ਚ ਜਿਹੜੇ 40 ਸਾਲ ਤੋਂ ਵੱਡੀ ਉਮਰ ਦੇ ਸਿੰਘ ਸੀ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਬੁੱਢਾ ਦਲ ਦੀਆਂ ਜ਼ਿੰਮੇਵਾਰੀਆਂ ਸੀ ਗੁਰੂ ਘਰਾਂ ਦੀ ਗੁਰੂ ਧਾਮਾਂ ਦੀ ਸੇਵਾ ਸੰਭਾਲ ਕਰਨਾ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਅੰਮ੍ਰਿਤ ਸੰਚਾਰ ਕਰਨਾ ਨਵਾਬ ਕਪੂਰ ਸਿੰਘ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਨਵਾਬੀ ਤੋਂ ਜਿਹੜੀ ਵੀ ਆਮਦਨ ਹੋਏਗੀ ਜਿਹੜੀ ਵੀ ਰਕਮ ਆਏਗੀ ਜਿਹੜੀ ਵੀ ਮਾਇਆ ਆਏਗੀ ਉਹ ਮੇਰੇ ਅਧਿਕਾਰ ਦੇ ਅੰਡਰ ਨਹੀਂ ਆਏਗੀ ਉਹ ਮੇਰੇ ਕੋਲ ਨਹੀਂ ਰਹੇਗੀ ਉਹ ਇੱਕ ਗੁਰੂ ਦੀ ਸਾਂਝੀ ਕੋਲਕ ਚ ਰੱਖੀ ਜਾਏਗੀ ਤੇ ਹਥਿਆਰ ਲਿਆਉਣ ਲਈ ਜਾਂ ਖਾਲਸੇ ਦਾ ਕੋਈ ਵੀ ਖਰਚਾ ਹੋਏਗਾ ਸਿੰਘਾਂ ਨੂੰ ਕਿਸੇ ਵੀ ਖਰਚੇ ਦੀ ਲੋੜ ਆ ਤਾਂ ਉਹ ਉਸ ਗੋਲਕ ਚੋਂ ਲੈ ਸਕਦੇ ਨੇ ਲੰਗਰ ਪਾਣੀ ਦਾ ਜੋ ਵੀ ਖਰਚ ਹੋਏਗਾ ਉਹ ਵੀ ਉਸ ਚੋਂ ਲਿਆ ਜਾਏਗਾ ਜੰਗਾਂ ਯੁੱਧਾਂ ਦੇ ਅਭਿਆਸ ਲਈ ਕੋਈ ਹਥਿਆਰ ਲਿਆਉਣੇ ਨੇ ਉਹ ਵੀ ਖਰਚਾ ਉਥੋਂ ਲਿਆ ਜਾਏਗਾ ਸਾਂਝੀ ਗੋਲਕ ਚੋਂ ਦੋਨੋਂ ਦਲ ਨੇ ਜਿਹੜੇ ਤਰਨਾ ਦਲ ਤੇ ਬੁੱਢਾ ਦਲ ਉਹ ਇੱਕੋ ਹੀ ਜਗ੍ਹਾ ਬੈਠ ਕੇ ਲੰਗਰ ਛਕਣਗੇ ਇੱਕੋ ਹੀ ਜਗ੍ਹਾ ਤੇ ਪ੍ਰਬੰਧ ਕੀਤਾ ਜਾਏਗਾ ਇੱਕੋ ਹੀ ਜਗ੍ਹਾ ਤੇ ਲੰਗਰ ਛਕਾਇਆ ਜਾਏਗਾ ਤੇ ਕਹਿੰਦੇ ਨੇ ਕਿ ਥੋੜੇ ਹੀ ਸਮੇਂ 'ਚ ਬੁੱਢਾ ਦਲ ਦੇ ਪ੍ਰਚਾਰ ਪ੍ਰਸਾਰ ਦਾ ਇਹੋ ਜਿਹਾ ਅਸਰ ਹੋਇਆ ਕਿ ਜਿਹੜੇ ਸੈਂਕੜਿਆਂ ਦੀ ਗਿਣਤੀ 'ਚ ਖਾਲਸਾ ਸੀ ਉਹ ਹਜ਼ਾਰਾਂ ਦੀ ਗਿਣਤੀ 'ਚ ਹੋ ਗਿਆ ਤਰਨਾ ਦਲ ਦੀ ਗਿਣਤੀ ਥੋੜੇ ਹੀ ਮਹੀਨਿਆਂ 'ਚ 12000 ਤੋਂ ਵੱਧ ਹੋ ਗਈ ਸਿੱਖ ਮਜ਼ਬੂਤ ਵੀ ਹੁੰਦੇ ਗਏ ਇੱਥੇ ਤੇ ਸਿੱਖਾਂ ਦੀ ਗਿਣਤੀ ਵੀ ਵਾਧ ਗਈ ਤੇ ਸਿੱਖ ਬਹੁਤ ਆਰਗੇਨਾਈਜ਼ਡ ਵੀ ਹੋ ਗਏ ਇਹ ਉਹ ਟਾਈਮ ਸੀਗਾ ਜਦੋਂ ਸਿੰਘਾਂ ਨੇ ਅਮਨ ਸ਼ਾਂਤੀ ਨਾਲ ਜ਼ਿੰਦਗੀ ਜਿਉਈ ਤੇ ਇਸ ਅਮਨ ਸ਼ਾਂਤੀ ਵਾਲੇ ਸਮੇਂ ਦੀ ਨਵਾਬ ਕਪੂਰ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਵਰਤੋਂ ਕੀਤੀ ਤਰਨਾ ਦਲ ਨੂੰ ਅੱਗੇ ਪੰਜ ਹਿੱਸਿਆਂ 'ਚ ਵੰਡ ਦਿੱਤਾ ਗਿਆ ਤੇ ਅੱਗੇ ਜਾ ਕੇ 1748 'ਚ ਇਸੇ ਹੀ ਦਲਾਂ ਚੋਂ ਅੱਗੇ ਮਿਸਲਾਂ ਬਣ ਗਈਆਂ 12 ਮਿਸਲਾਂ ਤੇ ਦਲ ਖਾਲਸਾ ਦੇ ਮੁਖੀ ਰਹੇ ਨਵਾਬ ਕਪੂਰ ਸਿੰਘ ਜੀ ਹੁਣ ਆਉਣੀਆਂ ਉਹੀ ਨਵਾਬੀ ਦੇ ਟਾਈਮ ਤੇ 1733 ਚ ਨਵਾਬੀ ਮਿਲੀ ਸਿੱਖਾਂ ਨੂੰ 1733 1734 ਇਹ ਦੋ ਸਾਲ ਬਹੁਤ ਅਮਨ ਸ਼ਾਂਤੀ ਨਾਲ ਬੀਤੇ ਤੇ 1735 ਦੇ ਤਕਰੀਬਨ ਮਈ ਤੋਂ ਬਾਅਦ ਜ਼ਕਰੀਆ ਖਾਨ ਨੇ ਇਕੋਦਮ ਬਿਨਾਂ ਦੱਸੇ ਹੀ ਖਾਲਸੇ ਦੀਆਂ ਜ਼ਗੀਰਾਂ ਤੇ ਕਬਜ਼ਾ ਕਰ ਲਿਆ ਸਿੰਘਾਂ ਨੂੰ ਜਦੋਂ ਜ਼ਕਰੀਆ ਖਾਨ ਦੀ ਇਹ ਕਾਰਵਾਈ ਬਾਰੇ ਪਤਾ ਚੱਲਿਆ ਤਾਂ ਨਵਾਬ ਕਪੂਰ ਸਿੰਘ ਜੀ ਫਿਰ ਇੱਥੇ ਕਹਿੰਦੇ ਨੇ ਕਿ ਚੰਗਾ ਹੋਇਆ ਅਨਗਿੰਤ ਖਾਲਸੇ ਦਾ ਇਹ ਥੋੜੀ ਜੀ ਜ਼ਗੀਰ ਨਾਲ ਹੁਣ ਸਰਨਾ ਵੀ ਨਹੀਂ ਸੀ ਕਹਿੰਦੇ ਅੱਗੇ ਤੋਂ ਹੁਣ ਪੂਰਾ ਪੰਜਾਬ ਵੀ ਖਾਲਸੇ ਦੀ ਜ਼ਗੀਰ ਹੋਏਗਾ ਤੇ ਨਵਾਬ ਕਪੂਰ ਸਿੰਘ ਦੇ ਇਹ ਸ਼ਬਦ ਸੁਣ ਕੇ ਖਾਲਸਾ ਫੌਜਾਂ ਨੇ ਅਕਾਲ ਅਕਾਲ ਦੇ ਐਸੇ ਜਕਾਰੇ ਗਜਾਏ ਕੇ ਖਾਲਸੇ ਦੇ ਜਕਾਰੀਆਂ ਨਾਲ ਅਸਮਾਨ ਵੀ ਕੰਬ ਉਠਿਆ ਜ਼ਕਰੀਆ ਖਾਨ ਨੇ ਹੁਣ ਸਿੱਖਾਂ ਤੇ ਫੇਰ ਸਖਤਾਈ ਕਰ ਦਿੱਤੀ ਬਲਕਿ ਹੋਰ ਜ਼ਿਆਦਾ ਸਖਤਾਈ ਕਰ ਦਿੱਤੀ ਤੇ ਖਾਲਸਾ ਨਵਾਬੀਆਂ ਨੂੰ ਲੱਤ ਮਾਰ ਕੇ ਚੜ੍ਹਦੀ ਕਲਾ 'ਚ ਫੇਰ ਜੰਗਲਾਂ ਵੇਲਿਆਂ ਵੱਲ ਨੂੰ ਹੋ ਤਰਿਆ ਤੇ ਫਿਰ ਜੰਗਲਾਂ 'ਚ ਬੈਠੇ ਖਾਲਸੇ ਨੇ ਮੁਗਲਾਂ ਦੇ ਨਾਲ-ਨਾਲ ਨਾਦਰ ਸ਼ਾਹ ਤੇ ਅਬਦਾਲੀ ਵਰਗੇ ਬਾਹਰਲੇ ਖੂੰਖਾਰ ਹਮਲਾਵਰਾਂ ਤੇ ਇਹੋ ਜੇ ਹਮਲੇ ਕੀਤੇ ਇਹੋ ਜਾਂ ਲੁੱਟਿਆ ਕਿ ਸਿੱਖ ਕੌਮ ਦੇ ਇਹ ਮਹਾਨ ਯੋਧਿਆਂ ਦਾ ਨਾਮ ਇਤਿਹਾਸ ਦੇ ਪੰਨਿਆਂ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ। ਹੁਣ ਖਾਲਸਾ ਮੌਤ ਨੂੰ ਮੁਖਲਾ ਕਰਨ ਲੱਗ ਗਿਆ ਸੀ। ਜਾਲਾਂ ਮਾਰ-ਮਾਰ ਥੱਕ ਗਿਆ ਪਰ ਖਾਲਸਾ ਨਾ ਤਾਂ ਸ਼ਹਾਦਤਾਂ ਤੋਂ ਡਰਿਆ ਤੇ ਨਾ ਹੀ ਥੱਕਿਆ ਤੇ ਨਾ ਹੀ ਅੱਕਿਆ। ਜ਼ਕਰੀਆ ਖਾਨ, ਮੀਰ ਮੰਨੂ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਲਖਪਤ ਰਾਏ, ਜਸਪਤ ਰਾਏ। ਇਹੋ ਜੇ ਪਾਪੀਆਂ ਨੇ ਪੰਜਾਬ ਦੀ ਮਿੱਟੀ ਸਿੰਘਾਂ ਸਿੰਗਣੀਆਂ ਤੇ ਪਚੰਗੀਆਂ ਦੇ ਖੂਨ ਨਾਲ ਲਾਲ ਕਰ ਦਿੱਤੀ। ਅਗਲੇ ਤਕਰੀਬਨ 60 ਸਾਲ ਸਿੱਖ ਕੌਮ ਦੇ ਮਹਾਨ ਯੋਧਿਆਂ ਨੇ ਆਪਣੀ ਤਲਵਾਰ ਮਿਆਂ ਚ ਪਾ ਕੇ ਨਹੀਂ ਦੇਖੀ ਤੇ ਫਿਰ ਜ਼ਮੀਨ ਤੇ ਡੁੱਲਿਆ ਸ਼ਹੀਦਾਂ ਦਾ ਖੂਨ ਇੱਕ ਦਿਨ ਰੰਗ ਲੈ ਆ। ਤੇ ਪੂਰਾ ਪੰਜਾਬ ਹੀ ਖਾਲਸੇ ਦੀ ਜਾਗੀਰ ਹੋ ਗਿਆ। 1799 ਚ 19 ਸਾਲ ਦਾ ਨੌਜਵਾਨ ਰਣਜੀਤ ਸਿੰਘ ਲਾਹੌਰ ਜਿੱਤ ਕੇ ਬਣ ਗਿਆ ਪੰਜਾਬ ਦਾ ਪਹਿਲਾ ਮਹਾਰਾਜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤਾਂ ਇਹ ਸੀ 18ਵੀਂ ਸਦੀ ਦੇ ਉਹ ਮਹਾਨ ਸਿੰਘਾਂ ਦਾ ਇਤਿਹਾਸ ਜਿਨ੍ਹਾਂ ਨੇ ਜੰਗਲਾਂ ਬੇਲਿਆਂ 'ਚ ਰਹਿ ਕੇ ਸਿੱਖੀ ਨੂੰ ਤੇ ਖਾਲਸਾ ਪੰਥ ਨੂੰ ਮਜ਼ਬੂਤ ਕੀਤਾ ਇਹ ਸੀ ਨਵਾਬ ਕਪੂਰ ਸਿੰਘ ਦਾ ਗੌਰਵਮਈ ਇਤਿਹਾਸ ਇਤਿਹਾਸ ਦੱਸਦੇ ਆ ਕੋਈ ਵੀ ਭੁਲਚਕ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਨੂੰ ਲਾਈਕ ਕਰਨਾ ਨਾ ਭੁੱਲੋ ਤੇ ਪੰਜਾਬ ਸਿਆਂ ਦੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਹੁਤ ਸਾਰੇ ਸਾਡੇ ਵੀਰ ਭੈਣ ਵੀਡੀਓ ਦੇਖ ਲੈਂਦੇ ਨੇ ਬਹੁਤ ਪਿਆਰ ਦਿੰਦੇ ਨੇ ਪਰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਨੇ ਤਾਂ ਸਾਡੀ ਇਹ ਰਿਕਵੈਸਟ ਆ ਕਿ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਸਾਡਾ ਹੌਸਲਾ ਵਧਦਾ ਹੈ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਨਾ ਕਿ ਆਪਣੀਆਂ ਵੀਡੀਓਜ਼ ਦੇ ਥੱਲੇ ਜਾਤ ਪਾਤ ਜਾਂ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਵੀ ਨਫ਼ਰਤ ਵਾਲਾ ਕਮੈਂਟ ਨਾ ਕੀਤਾ ਜਾਵੇ ਅਸੀਂ ਹਰ ਇੱਕ ਧਰਮ ਦੀ ਇੱਜ਼ਤ ਕਰਦੇ ਹਾਂ ਸਾਡੀਆਂ ਵੀਡੀਓਜ਼ ਕਿਸੇ ਵੀ ਧਰਮ ਦਾ ਦਿਲ ਦੁਖਾਉਣ ਲਈ ਨਹੀਂ ਬਣਾਈਆਂ ਜਾਂਦੀਆਂ ਕਿਸੇ ਵੀ ਜਾਤ ਪਾਤ ਕਮਿਊਨਿਟੀ ਧਰਮ ਨੂੰ ਅਸੀਂ ਡਿਸਰੈਸਪੈਕਟ ਨਹੀਂ ਕਰਦੇ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆਂ ਤੇ ਆਪਸ ਵਿੱਚ ਆਪਾਂ ਸਭ ਪਿਆਰ ਨਾਲ ਰਹੀਏ ਅਸੀਂ ਚਾਹੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆਂ ਤੇ ਸਾਡੀ ਇਹ ਰਿਕਵੈਸਟ ਆ ਕਿ ਸਭ ਪਿਆਰ ਨਾਲ ਰਹੋ ਸਭ ਦੀ ਇੱਜ਼ਤ ਕਰੋ ਸਭ ਨਾਲ ਪਿਆਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ